ਬੁੱਧਵਾਰ ਨੂੰ ਬਟਾਲੇ ਨੇੜਲੇ ਪਿੰਡ ਵਿੱਚ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ ਹਾਦਸੇ ਵਿੱਚ ਕਈ ਬੱਚੇ ਜ਼ਖਮੀ ਹੋਏ ਨੇ ਬੱਸ ਵਿੱਚ ਦੋ ਭਰਾ ਵੀ ਮੌਜੂਦ ਸਨ ਇਹਨਾਂ ਵਿੱਚੋਂ ਇੱਕ ਭਰਾ ਠੀਕ ਹੈ ਅਤੇ ਇੱਕ ਜ਼ਖਮੀ ਹੋ ਗਿਆ ਬੱਚੇ ਦੀਆਂ ਲੱਤਾਂ ਤੇ ਸੱਟ ਲੱਗੀ ਹੈ ਪੰਜਵੀਂ ਜਮਾਤ ਦੇ ਵਿਦਿਆਰਥੀ ਅਭਿਜੋਤ ਸਿੰਘ ਨੇ ਦੱਸਿਆ ਕਿ ਹਾ사 ਕਿਵੇਂ ਵਾਪਰਿਆ ਆਗ ਲੱਗੇ ਤੂੰ ਆ ਪਹਿਲਾਂ ਹੀ ਨਿਕਲੇ ਫਿਰ ਆਪਾਂ ਬੱਚਿਆਂ ਨੂੰ ਕੱਢਿਆ ਹੌਲੀ ਹੌਲੀ ਫਿਰ ਇੱਕ ਬੱਚਾ ਗਿਆ ਤਾਂ ਉਹ ਆਂਦਾ ਉਹ ਆਵਾਜ਼ ਮਾਰ ਕੇ ਆ ਵੱਡੇ ਵੱਡੇ ਉਦਵਾ ਕਨੂ ਤਾਂ ਕਹਿੰਦੇ ਫਿਰ ਉਹ ਆ ਗਏ ਤਾਂ ਫਿਰ ਉਹ ਹਰੀ ਵਾਲੀ ਬੱਚੇ ਕਰਦੇ ਹਨ ਆਉਂਦੇ ਤੁਸੀਂ ਛਾਲ ਮਾਰ ਦੋ ਤਾਂ ਤੁਸੀਂ ਚਲ ਜਿਓ ਘਰ ਨੂੰ ਤੁਸੀਂ ਕਿਵੇਂ ਨਿਕਲੇ ਸੀਗੇ ਬੇਟਾ ਆਪਾਂ ਸੀੜੀ ਥਾਣੀ ਜਿੱਦੋਂ ਨਹੀਂ ਬਾੜੀ ਥਾਣੀ ਅਸੀਂ ਚੜਦੇ ਉਦੋਂ ਫਿਰ ਉਹ ਤੇ ਵਾਸਤੇ ਪਲਟ ਗਈ ਫਿਰ ਛਾਲ ਮਾਰੀ ਉਹਦੇ ਉੱਤੇ ਹਾਂਜੀ ਛਾਲ ਮਾਰੀ ਤਾਂ ਹੌਲੀ ਹੌਲੀ ਫਿਰ ਬੱਚੇ ਕੱਢੇ ਫਿਰ ਫੇਰ ਇੱਕ ਬੱਚਾ ਗਿਆ ਵੱਡਾ ਕਿੰਨਾ ਸਾਡੇ ਲਈ ਆਇਆ ਤਾਂ ਫਿਰ ਆਗੇ ਹੌਲੀ ਹੌਲੀ ਸਾਰੇ ਨੋਜਵਾ ਸਾਰੇ ਪਿੰਡ ਦੇ ਲੋਕ ਆਗੇ ਸੀ ਹਾਂਜੀ ਉਹਨਾਂ ਨੇ ਕੱਢੇ ਸਾਰਿਆਂ ਨੇ ਹਾਂਜੀ ਤੂੰ ਕਿੰਨਾ ਕਿਸੀਗਾ ਅੱਗੇ ਤੋਂ ਲੱਗ ਥੋੜਾ ਥੋੜਾ ਸੀ ਜਦੋਂ ਆਪਾਂ ਨਿਕਲੇ ਸੀ ਹਾਂਜੀ ਅਗਰ ਮੈਨੂੰ ਕਦੋਂ ਕੱਢਿਆ ਤੇਰੇ ਛੋਟੇ ਬ੍ਰਦਰ ਨੇ ਉਦੋਂ ਉਹਨਾਂ ਸ਼ਰਾਬੀ ਮਾਰਦੇ ਜਿਹਦੇ ਭਾਈਆਂ ਨੇ ਕੱਢਿਆ ਉਦੋਂ ਫਿਰ ਉਹਨਾਂ ਜ਼ਖਮੀ ਹੋਣ ਬਾਅਦ ਬੱਚਿਆਂ ਦਾ ਇਲਾਜ ਵੀ ਮਾਪਿਆਂ ਵੱਲੋਂ ਖੁਦ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਮਾਪਿਆਂ ਦੇ ਬੱਚੇ ਜ਼ਖਮੀ ਹੋਏ ਉਹਨਾਂ ਦਾ ਦਰਦ ਵੀ ਸਭ ਬਣਿਆ ਗਿਆ ਹੈ ਮਾਪਿਆਂ ਮੁਤਾਬਕ ਸਕੂਲ ਨੇੜੇ ਹੀ ਹੋਣ ਤਾਂ ਜੋ ਬੱਚਿਆਂ ਨੂੰ ਦੂਰ ਦੂਰ ਨਾ ਭੇਜਿਆ ਜਾਵੇ ਤਾਂ ਅਗਮਜੋਤ ਜਿਹੜਾ ਸੀ ਇਸ ਨੂੰ ਤੁਹਾਡੇ ਜਾਂਦਿਆਂ ਨੂੰ ਕੱਢ ਲਿਆ ਸੀਗਾ ਹਾਂਜੀ ਸਾਡੇ ਜਾਂਦਿਆਂ ਨੂੰ ਕੱਢਿਆ ਹੋਇਆ ਸੀ ਕਿਸੇ ਨੇ ਆਪਣੇ ਮੋਟਰਸਾਈਕਲ ਤੇ ਬਿਠਾਇਆ ਸੀ ਉਹਨਾਂ ਕੋਲੋਂ ਮੈਂ ਜਾ ਕੇ ਆਪਣੇ ਬੱਚੇ ਲਈ ਇਹ ਦੋਨੋਂ ਵੱਡਾ ਬੇਟਾ ਠੀਕ ਸੀ ਹਾਂਜੀ ਮੇਰਾ ਵੱਡਾ ਬੇਟਾ ਬਿਲਕੁਲ ਨੋਰਮਲ ਸੀ ਅਗਰ ਕਿੱਥੇ ਇਹਨਾਂ ਨੂੰ ਲੈ ਕੇ ਗਏ ਇਲਾਜ ਕਿੱਥੋਂ ਕਰਵਾਇਆ ਅਸੀਂ ਇਹਨਾਂ ਨੂੰ ਜਾ ਕੇ ਆਪਣੇ ਬਟਾਲਾ ਹਸਪੀਟਲ ਜਿਹੜਾ ਹੈਗਾ ਹੈ ਆਪਣੇ ਵਿਹਾਨ ਹਸਪੀਟਲ ਉਹਨਾਂ ਕੋਲ ਲੈ ਕੇ ਗਏ ਸੀ ਉਹਨਾਂ ਨੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਹੈ ਕੀ ਸਕੂਲ ਜਿਹੜੇ ਆਪਣੇ ਸਰਕਾਰੀ ਸਕੂਲ ਵਧੀਆ ਹੁਣ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਹੀ ਨਾ ਪਵੇ ਜਿੱਥੇ ਟੀਚਰ 8000 ਰੁਪਿਆ ਤਨਖਾਹ ਲੈਣਦੇ ਉਹਨਾਂ ਦਾ ਫਰਜ ਬੰਦ ਹੈ ਕਿ ਅਸੀਂ ਆਪਣੇ ਬੱਚੇ ਜਿਹੜੇ ਸਰਕਾਰੀ ਸਕੂਲ 'ਚ ਪੜਾਈ ਅਸੀਂ ਨਾ ਹੀ ਪੜਾਈ ਪ੍ਰਾਈਵੇਟ ਸਕੂਲਾਂ 'ਚ ਭੇਸਾ ਪਿੰਡ ਦੇ ਸਕੂਲ ਤੁਹਾਡੇ ਕਹਿਣਾਂ ਮਤਲਬ ਵਧੀਆ ਹੋਣੇ ਚਾਹੀਦੇ ਹਾਂ ਹਾਂਜੀ ਪਿੰਡ ਦੇ ਸਕੂਲ ਬਹੁਤ ਵਧੀਆ ਹੋਣੇ ਚਾਹੀਦੇ ਹੈ ਕਿ ਜਿੱਥੇ ਬੱਚਾ ਹੁਣ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਹਾਂਜੀ ਇਹ ਜਿੰਨਾ ਵੀ ਇਲਾਜ ਹੋਇਆ ਕੱਲ ਜੋ ਵੀ ਆਪਾਂ ਹਸਪੀਟਲ ਦੇ ਆਪਣੇ ਕੋਲੋਂ ਖਰਚ ਕਰਕੇ ਹਾਂਜੀ ਠੀਕ ਹੈ ਕੋਈ ਸਰਕਾਰੀ ਅਧਿਕਾਰੀ ਵੀ ਨਹੀਂ ਤੁਹਾਨੂੰ ਮਿਲ ਨਹੀਂ ਸਾਨੂੰ ਕੋਈ ਨਹੀਂ ਮਿਲਿਆ ਗਿਆ ਬੱਚੇ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਸਾਰੇ ਜ਼ਖਮੀਆਂ ਦਾ ਇਲਾਜ ਸਰਕਾਰ ਵੱਲੋਂ ਕਰਵਾਉਣਾ ਚਾਹੀਦਾ ਹੈ ਬਿਲਕੁਲ ਸਰਕਾਰ ਨੂੰ ਜਿਹੜੇ ਬੱਚਿਆਂ ਨੂੰ ਜ਼ਿਆਦਾ ਇਦਾਂ ਸੱਟਾਂ ਲੱਗੀਆਂ ਸਰਕਾਰ ਨੂੰ ਚਾਹੀਦਾ ਵਾ ਉਹਨਾਂ ਦਾ ਇਲਾਜ ਕਰਾਉਣਾ ਫ੍ਰੀ ਕਰਨਾ ਚਾਹੀਦਾ ਇਲਾਜ ਤੇ ਸਹੂਲਤ ਦੇਣੀ ਚਾਹੀਦੀ ਇਦਾਂ ਕਰਕੇ ਤੇ ਬਾਕੀ ਗਵਰਨਮੈਂਟ ਨਾਲ ਜਟਾਂ ਦੇ ਜਿਹੜੇ ਨਾਰਬਾਰੇ ਵੀ ਆ ਇਹ ਵੀ ਚਾਹੀਦਾ ਗਵਰਨਮੈਂਟ ਵੀ ਕਸੂਰਵਾਰ ਹੈ ਕਿਉਂਕਿ ਇਹਨਾਂ ਨੂੰ ਥੋੜਾ ਮਾਜਵਾ ਮਾਵਿਆ ਦੇ ਤੇ ਗਵਰਨਮੈਂਟ ਦੇਵੇ ਥੋੜਾ ਤੇ ਜੱਟ ਵੀ ਜਿਹੜੇ ਆਪਣਾ ਉਹ ਲੈ ਕੇ ਤੇ ਨਾੜ ਦਾ ਕੋਈ ਹੱਲ ਕਰਨ ਵਾਲੇ ਬਣਨ ਇਦਾਂ ਕਰਕੇ ਸਰਕਾਰ ਨੂੰ ਵੀ ਸਹੂਲਤ ਕਰਨੀ ਚਾਹੀਦੀ ਤੇ ਬਾਕੀ ਆਪਣੇ ਵੀਰਾਂ ਭਰਾਵਾਂ ਨੂੰ ਵੀ ਇਹ ਬੇਨਤੀ ਹੈ ਕਿ ਥੋੜਾ ਵੇਖ ਕੇ ਅੱਗ ਲਾਉਣੀ ਚਾਹੀਦੀ ਆ ਨੇਰੇ ਸਵੇਰੇ ਕਿਤੇ ਲਾਲੇ ਜਿੱਦਾਂ ਨੇਰ ਜਿੱਤੋਂ ਚੱਲਦਾ ਉਹ ਨਹੀਂ ਲਾਉਣੀ ਚਾਹੀਦੀ ਕਿਉਂਕਿ ਦਿਨੇ ਆਵਾਜ਼ਾਂ ਵੀ ਜ਼ਿਆਦਾ ਹੁੰਦੀ ਜੇ ਰਾਤ ਨੂੰ ਇੱਕ ਟ੍ਰੈਫਿਕ ਘੱਟ ਹੁੰਦੀ ਜੇ ਸਰਕਾਰ ਵੀ ਤੁਹਾਡੇ ਪਿੰਡਾਂ ਦੀਆਂ ਬਹੁਤ ਛੋਟੀਆਂ ਨੇ ਤੁਸੀਂ ਕਿਹਾ ਨਹੀਂ ਕਿਹੜੇ ਇੱਥੇ ਵਿਧਾਇਕ ਲੀਡਰ ਮੰਤਰੀ ਆਉਂਦੇ ਨੇ ਕਿ ਇਹ ਸੜਕ ਦੇ ਉੱਤੋਂ ਦੇ ਦੋ ਦੋ ਕਾਰਾਂ ਨਹੀਂ ਸਿੱਧੀਆਂ ਲੰਘ ਸਕਦੀ ਵਿਧਾਇਕ ਵੀ ਆਉਂਦੇ ਜੀ ਉਹ ਵੀ ਆਪਣੇ ਲੋ ਬਚਾਰੇ ਕਹ ਕੇ ਗਏ ਪਿਛਲੀ ਵਾਰਾਂ ਵੀ ਆਏ ਸੀ ਤੇਰੇ ਤਰੇਂ ਅਰਿੰਦ ਬਾਜਵਾ ਤੋਂ ਤੋ ਨਾ ਕਿਹਾ ਸੀ ਇਹ ਗੱਲ ਕਿ ਜਿਹੜੇ ਪਿੰਡਾਂ ਦੀਆਂ ਸੜਕਾਂ ਵਾਂ ਇਹ ਦੋ ਗੱਡੀਆਂ ਆ ਜਾਣ ਨਾ ਉਧਰੋਂ ਉਧਰੀ ਤੇ ਕ੍ਰਾਸ ਨਹੀਂ ਹੋ ਸਕਦੀਆਂ ਜੱਟਾਂ ਨੂੰ ਬੇਨਤੀ ਕੀਤੀ ਕਿ ਸੜਕਾਂ ਦੇ ਨਾਂ ਵਾਰ ਪਾਓ ਸੜਕਾਂ ਨਾ ਵੱਡੋ ਇਹਨਾਂ ਨੂੰ ਵੱਡੀਆਂ ਕਰੋ ਠੀਕ ਹੈ ਮੌਕੇ ਦੀ ਉਦੋਂ ਉਹ ਸਰਕਾਰੀ ਅੱਡ ਪਿੰਡ ਆਏ ਉਹਨਾਂ ਦੇ ਬਿਆਨ ਬਾਜ਼ੀ ਨਹੀਂ ਸੁਣੀ ਸੀ ਉਹਨਾਂ ਇਹ ਕਿਹਾ ਕਿ ਸੜਕਾਂ ਨੂੰ ਵੱਡੀਆਂ ਕਰਨਾ ਚਾਹੀਦਾ ਵਾ ਨਹੀਂ ਇਹ ਵੱਡਣੀਆਂ ਚਾਹੀਦੀਆਂ ਸੜਕਾਂ ਰਾਹ ਜਿੰਨਾ ਖੁੱਲਾ ਉਹ ਦੋ ਚੀਜ਼ਾਂ ਸੌਖੀਆਂ ਲੰਘਣਗੀਆਂ ਆਵਾਜ਼ਾਂ ਵੀ ਨੂੰ ਕੋਈ ਟ੍ਰੈਫਿਕ ਨੂੰ ਕੋਈ ਪਾਉਣਾ ਰੁਕਾਵਟ ਨਾ ਪਾਉਗੀ